ਅੱਜ ਪੰਜਾਬ ਦੀ ਮੈਂਬਰਸ਼ਿਪ ਅਭਿਆਨ ਦੇ ਚਲਦੇ ਕਾਫੀ ਜਿਹੜੀ ਮੈਂਬਰਸ਼ਿਪ ਨੂੰ ਲੈ ਕੇ ਅੱਜ ਮੀਟਿੰਗ ਹੋਈ ਹੈ, ਕਾਫੀ ਲੋਕ ਜਿਹੜੇ ਲਗਾਤਾਰ ਜੁੜ ਰਹੇ ਨੇ ਸਾਡੇ ਨਾਲ। ਇਕਬਾਲ ਸਿੰਘ ਲਾਲਪੁਰਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਲਾਲਪੁਰਾ ਜੀ, ਕਿਉਂਕਿ ਅਭਿਆਨ ਦੇ ਤਹਿਤ ਕਾਫੀ ਚੀਜ਼ਾਂ 'ਚ ਕਹਿ ਸਕਦੇ ਕਾਫੀ ਜਿਹੜੇ ਲੋਕ ਨੇ ਪਿਛਲੇ ਦਿਨਾਂ 'ਚ ਕਾਫੀ ਜਿਹੜੇ ਲੋਕਾਂ ਦਾ ਜਿਹੜਾ ਉਹ ਹਜ਼ੂਮ ਹੈ ਉਹ ਜੁੜ ਰਿਹਾ, ਕਿਸ ਤਰ੍ਹਾਂ ਵੇਖ? ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ, ਬਲਕਿ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ। ਦੇਸ਼ ਦੁਨੀਆ ਦੀ ਇੱਕ ਸੁਪਰ ਸ਼ਕਤੀ ਪਾਵਰ ਬਣ ਕੇ ਉਭਰ ਰਿਹਾ। ਪੰਜਾਬ ਪਿੱਛੇ ਨਾ ਰਹਿ ਜਾਏ, ਇਸ ਕਰਕੇ ਮੋਦੀ ਸਾਹਿਬ ਦਾ ਸੁਨੇਹਾ ਘਰ ਘਰ ਪਹੁੰਚੇ। ਇਸ ਲਈ ਇਸ ਜਿਹੜਾ ਸਦੱਸਿਆ ਅਭਿਆਨ ਹੈਗਾ, ਮੈਂਬਰਸ਼ਿਪ ਡਰਾਈਵ ਹੈ, ਇਹ ਸਾਡੇ ਲਈ ਮੌਕਾ ਹੈ ਕਿ ਅਸੀਂ ਵਰਕਰਾਂ ਤੱਕ, ਲੋਕਾਂ ਤੱਕ ਪਹੁੰਚੀਏ, ਉਨ੍ਹਾਂ ਨੂੰ ਜਿਹੜੇ ਆਪਣੇ ਨਾਲ ਹੋਰ ਚੰਗੀ ਤਰ੍ਹਾਂ ਜੋੜੀਏ ਤੇ ਪੰਜਾਬ ਦੇ ਵਿਕਾਸ ਲਈ ਕੰਮ ਕਰੀਏ। ਜੀ ਸਰ, ਜਿਸ ਤਰ੍ਹਾਂ ਪੰਜਾਬ ਦੀ ਤੁਸੀਂ ਗੱਲ ਕੀਤੀ, ਪੰਜਾਬ ਚ ਕਿਉਂਕਿ ਜਿਹੜੇ ਸਰਟੀਫਿਕੇਟ, ਜਾਲੀ ਸਰਟੀਫਿਕੇਟ ਲਾ ਕੇ ਨੌਕਰੀਆਂ ਲਾਉਣ ਦਾ ਇਹ ਮੁੱਦਾ ਕਾਫੀ ਗਰਮਾਇਆ ਹੋਇਆ, ਕਾਫੀ ਵੱਡੇ ਇਲਜ਼ਾਮ ਜਿਹੜੇ ਆ ਉਹ ਲੱਗ ਰਹੇ ਨੇ, ਕਿਉਂਕਿ ਕਈ ਇਸ਼ੂਜ ਜਿਹੜੇ ਹੈਗੇ ਪਿੱਛੇ ਵਿਵਾਦ ਵੀ ਹੋਏ ਨੇ, ਉਸ ਨੂੰ ਵੇਖਦੇ ਹੋਏ ਕਿਸ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੀ ਚੀਜ਼ਾਂ ਨੂੰ ਤੁਸੀਂ ਸਰਕਾਰ ਤੱਕ ਪਹੁੰਚਾ? ਦੇਖੋ, ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵਿਵਾਦ ਉੱਠਦੇ ਰਹੇ ਆ, ਖੜੇ ਕੀਤੇ ਜਾਂਦੇ ਰਹੇ, ਲੇਕਿਨ ਰਿਜ਼ਲਟ ਕਿਸੇ ਦਾ ਕੁਛ ਨਹੀਂ ਨਿਕਲਿਆ। 2002 ਦੇ ਵਿੱਚ ਪਰਚੇ ਦਰਜ ਹੋਏ ਕਰਪਸ਼ਨ ਦੇ, ਜਿਹੜਾ 97 ਤੋਂ 2002 ਤੱਕ ਚੀਫ ਮਿਨਿਸਟਰ ਰਿਹਾ, ਰਿਜ਼ਲਟ ਕੁਛ ਨਹੀਂ ਨਿਕਲਿਆ। ਉਸ ਤੋਂ ਬਾਅਦ ਦੂਜੇ ਚੀਫ ਮਿਨਿਸਟਰ ਤੇ ਮੁਕੱਦਮੇ ਦਰਜ ਹੋਏ, ਉਹ ਵੀ ਕੈਂਸਲ ਹੋ ਗਏ। ਇਹ ਮੈਨੂੰ ਲੱਗਦਾ ਕਰਨਾ ਕੁਛ ਚਾਹੁੰਦੇ ਨਹੀਂ, ਗੱਲਾਂ ਕਰਦੇ ਆ ਸਿਰਫ। ਹਾਲੇ ਤੱਕ ਵੀ ਰੋਜ਼ ਭ੍ਰਿਸ਼ਟਾਚਾਰੀ ਫੜੇ ਜਾਂਦੇ ਆ, ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਭ੍ਰਿਸ਼ਟਾਚਾਰ ਵਾਲੇ ਪਾਸੇ ਲੱਗੀ ਨਜ਼ਰ ਆਉਂਦੀ। ਸੋ ਕੰਮ ਜਦੋਂ ਤੱਕ ਹੈੱਡ ਇਮਾਨਦਾਰ ਨਹੀਂ ਹੋਏਗਾ ਜਿਹੜੀ ਆ, ਉਦੋਂ ਤੱਕ ਕਰਪਸ਼ਨ ਉੱਤੋਂ ਕੰਟਰੋਲ ਨਹੀਂ ਹੋਏਗੀ, ਤੇ ਜੇ ਹੈੱਡ ਤੇ ਹੀ ਦੋਸ਼ ਲੱਗਣਗੇ ਫਿਰ ਪੰਜਾਬ ਦੇ ਵਿੱਚ ਇਨਸਾਫ ਲਈ ਕਿਹਦੇ ਕੋਲ ਜਾਵਾਂਗੇ? ਸੈਂਟਰ ਨੂੰ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਉਹ ਦੇ ਰਹੇ ਹੋ, ਰਿਪ੍ਰੈਜੈਂਟੇਸ਼ਨ ਦੇ ਰਹੇ ਹੋ ਕਿ ਇਸ ਤਰ੍ਹਾਂ ਦੀ ਚੀਜ਼ਾਂ ਤੇ ਲਗਾਮ ਲਗਾਈ ਜਾਵੇ, ਕਿਉਂਕਿ ਬਹੁਤ ਸਾਰੇ ਇਸ਼ੂਜ ਨੇ, ਬਹੁਤ ਸਾਰੇ ਲਗਾਤਾਰ ਇਸ ਤਰ੍ਹਾਂ ਦੀ ਸ਼ਿਕਾਇਤ ਆ ਰਹੀ? ਨਹੀਂ, ਸਾਡੇ ਧਿਆਨ ਚ ਸਾਰੇ, ਮੈਂ ਵੀ ਪਾਰਲੀਮੈਂਟ ਬੋਰਡ ਦਾ ਮੈਂਬਰ ਹਾਂ, ਸਾਰੀਆਂ ਚੀਜ਼ਾਂ ਤੇ ਚਰਚਾ ਹੁੰਦੀ ਹੈ, ਇਸੇ ਕਰਕੇ ਸਮਾਜ ਨੂੰ ਨਾਲ ਲੈ ਕੇ ਪੰਜਾਬ ਨੂੰ ਵੀ ਅੱਗੇ ਵਧਾਉਣ ਲਈ ਯਤਨ ਕੀਤੇ ਜਾਣ। ਤੇ ਕੋਈ ਰੋਡ ਮੈਪ ਤਿਆਰ ਕੀਤਾ ਲਾਲਪੁਰਾ ਜੀ ਕਿ ਇਸ ਤਰ੍ਹਾਂ ਦੀ ਚੀਜ਼ਾਂ ਜਾਂ ਫਿਰ ਇਸ ਤਰ੍ਹਾਂ ਦੀ ਕਰਪਸ਼ਨ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੇ ਜਾਲੀ ਸਰਟੀਫਿਕੇਟਸ ਨੇ ਜਾਂ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਲੋਕ ਨੇ ਉਹਨਾਂ ਤੇ ਜਿਹੜੀ ਠੱਲ ਪਾਈ ਜਾਵੇ? ਦੇਖੋ, ਸਾਡਾ ਰੋਡ ਮੈਪ ਤਾਂ ਆਲਰੇਡੀ ਬੜਾ ਕਲੀਅਰ ਹੈ, ਸਪਸ਼ਟ ਹੈ, ਲੋਕਾਂ ਨੇ 10-12 ਸਾਲ ਤੋਂ ਦੇਖ ਰਹੇ ਹੈਗੇ ਆ। ਇਹ ਜ਼ੀਰੋ ਟਾਲਰੈਂਸ ਹੈ ਕਰਪਸ਼ਨ ਦੇ, ਜ਼ੀਰੋ ਟਾਲਰੈਂਸ ਹੈ ਇਨਐਫੀਸ਼ੀਐਂਸੀ ਦੇ। ਅਸੀਂ ਇੱਕੋ ਚੀਜ਼ ਤੇ ਫੋਕਸ ਕਰਦੇ ਹਾਂ, ਉਹ ਹੈ ਡਿਵੈਲਪਮੈਂਟ, ਤੇ ਡਿਵੈਲਪਮੈਂਟ ਦੇ ਵਿੱਚ ਪੰਜਾਬ ਪਿੱਛੇ ਨਾ ਰਹੇ। ਇਹਦੇ ਲਈ ਯਤਨ ਹੈ ਕਿਉਂ ਨੌਜਵਾਨ ਭੱਜ ਕੇ ਜਾਣ ਪੰਜਾਬ ਛੱਡ ਕੇ, ਕਿਉਂ ਨੌਜਵਾਨ ਨਸ਼ਿਆਂ ਨਾਲ ਮਰਨ। ਇਹ ਬੜੀਆਂ ਸਮੱਸਿਆਵਾਂ ਨੇ ਪੰਜਾਬ ਦੀਆਂ, ਔਰ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਜਦੋਂ ਤੱਕ ਠੀਕ ਨਹੀਂ ਹੋਏਗੀ ਉਦੋਂ ਤੱਕ ਇੱਥੇ ਕੋਈ ਕੰਮ ਵੀ ਜਿਹੜਾ ਅੱਗੇ ਹੋ ਨਹੀਂ ਸਕਦਾ, ਕਿਉਂਕਿ ਦੇਰ ਕੈਨ ਨਾਟ ਬੀ ਐਨੀ ਪ੍ਰੋਸਪੈਰਿਟੀ ਵਿਦਆਊਟ ਪੀਸ। ਤੁਸੀਂ ਵੀ ਲਾਲਪੁਰਾ ਜੀ ਕਾਫੀ ਸਿਸਟਮ ਚ ਰਹੇ ਹੋ ਕਾਫੀ ਸਾਲ, ਅੱਜ ਸੁਨੀਲ ਜਾਖੜ ਜੀ ਨੇ ਵੀ ਕਿਹਾ ਕਿ ਪੰਜਾਬ ਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ, ਅੱਜ ਡੀਜੀਪੀ ਸਾਹਿਬ ਨੂੰ ਵੀ ਬੁਲਾਇਆ ਵਿਧਾਨ ਸਭਾ ਦੇ ਵਿੱਚ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਨਸ਼ਾ ਨੂੰ ਲੈ ਕੇ, ਕਰਪਸ਼ਨ ਨੂੰ ਲੈ ਕੇ ਜਾਂ ਜਾਤੀ ਪਾਤੀ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਚ ਜਿਹੜੀ ਹੈਗੀ ਕਰਪਸ਼ਨ ਫੈਲ ਰਹੀ ਹੈ, ਜਿਹੜੇ ਐਲੀਗੇਸ਼ਨ ਲਾਏ ਨੇ ਉਹ ਤੁਸੀਂ ਕਿਸ ਤਰ੍ਹਾਂ ਵੇਖ? ਦੇਖੋ, ਗੱਲ ਇਹ ਹੈ ਜਿਹੜੇ ਐਲੀਗੇਸ਼ਨ ਹੁੰਦੇ ਆ ਕਿ ਕਿਸੇ ਦੇ ਬਾਰੇ ਗੱਲ ਕਹਿ ਦੇਣੀ, ਜਿਹੜੇ ਤੱਥ ਹੈਗੇ ਆ ਉਹ ਲੋਕਾਂ ਦੇ ਸਾਹਮਣੇ ਆ। ਅੱਜ ਵੀ ਮਾਈਨਿੰਗ ਬੇਲਗਾਮ ਹੋ ਰਹੀ ਆ, ਸਾਡੇ ਪਿੰਡ ਦੇ ਲਾਗੇ ਇੱਕ ਪੁਲ ਜਾਂਦਾ ਸੀ ਨੰਗਲ ਨੂੰ ਨੂਰਪੁਰ ਬੇਦੀ ਨਾਲ ਜੋੜਦਾ, ਉਹ ਪੁਲ ਜਿਹੜਾ ਹੈ ਬੜੀ ਮੁਸ਼ਕਿਲ ਨਾਲ ਸਾਡੇ ਬਜ਼ੁਰਗਾਂ ਨੇ ਧਰਨੇ ਮਾਰ, ਰਿਕੁਐਸਟਾਂ ਕਰ, ਸਭ ਕੁਛ ਕਰਕੇ ਬਣਾਇਆ ਸੀਗਾ, ਉਹ ਅੱਜ ਟੁੱਟ ਗਿਆ। ਲੋਕਾਂ ਨੂੰ
ਨਦੀ ਦੇ ਵਿੱਚੋਂ ਚੱਲ ਕੇ ਜਾਣਾ ਪੈਂਦਾ ਤੇ ਜਿਹੜਾ ਦੂਜਾ ਪੁਲ ਆ ਜਿਹੜਾ ਦੁਆਬੇ ਨੂੰ ਤੇ ਮਾਲਵੇ ਨੂੰ ਆਨੰਦਪੁਰ ਸਾਹਿਬ ਨਾਲ ਜੋੜਦਾ ਉਹ ਟੁੱਟਣ ਦੇ ਕਿਨਾਰੇ ਤੇ ਆ। ਅੱਜ ਤਾਈਂ ਉਹ ਮਾਈਨਿੰਗ ਕਰਨ ਵਾਲੇ ਫੜੇ ਨਹੀਂ ਗਏ। ਪੁਲ ਬਣਾਉਣ ਦੀ ਜਿਹੜੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ, ਇਸ ਜਗ੍ਹਾ ਜਗ੍ਹਾ ਪੰਜਾਬ 'ਚ ਹਰ ਜਗ੍ਹਾ ਹੋ ਰਿਹਾ। ਸੋ ਇਸ ਕਰਕੇ ਇਹ ਐਲੀਗੇਸ਼ਨ ਨਹੀਂ, ਇਹ ਸੱਚ ਹੈਗਾ। ਲੇਕਿਨ ਜੇ ਕੋਈ ਕੰਮ ਨਾ ਕਰਨਾ ਚਾਹੁੰਦਾ ਹੋਵੇ, ਅੱਖਾਂ ਮੀਟ ਹੋਵੇ ਤੇ ਲੋਕ ਜਿਹੜੇ ਆ ਉਹ ਸਫ਼ਰ ਕਰਦੇ ਹੋਣ, ਇਹ ਗੱਲ ਬਹੁਤ ਮਾੜੀ ਆ, ਚਿੰਤਾ ਦਾ ਵਿਸ਼ਾ, ਚਿੰਤਨ ਦਾ ਵਿਸ਼ਾ। ਇਹਦੇ ਲਈ ਬਦਲਾਵ ਜਿਹੜਾ ਇਹ ਬਹੁਤ ਜ਼ਰੂਰੀ।